ਅਕਾਲ ਜੀ। ਕੱਲ੍ਹ ਦੀ ਜੋ ਖਬਰ ਆਈ ਹੈ ਸਾਰਿਆਂ ਦੇ ਸਾਹਮਣੇ, ਉਹਨਾਂ ਨੇ ਭਗਵੰਤ ਮਾਨ ਦੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹਤੀ। ਇੱਕ ਪਾਸੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਲੁੱਟ ਭਗਵੰਤ ਮਾਨ ਜੀ ਕਰ ਰਹੇ ਆ ਕਿ ਉਹ ਵੱਖ ਵੱਖ ਸੂਬਿਆਂ 'ਚ, ਕਦੇ ਤਾਮਿਲਨਾਡੂ ਕਦੇ ਤੇਲੰਗਾਨਾ, ਵੱਖ ਵੱਖ ਸੂਬਿਆਂ 'ਚ ਜਾ ਰਹੇ ਆ ਔਰ ਉੱਥੇ ਇੰਡਸਟਰੀਅਲਿਸਟਾਂ ਨੂੰ ਕਹਿ ਰਿਹਾ ਕਿ ਤੁਸੀਂ ਪੰਜਾਬ 'ਚ ਆ ਕੇ ਆਪਣਾ ਪੂੰਜੀ ਨਿਵੇਸ਼ ਕਰੋ ਕਿ ਇਨਵੈਸਟ ਕਰੋ ਪੰਜਾਬ 'ਚ ਆ ਕੇ। ਮਗਰ ਅਸਲੀਅਤ ਕੀ ਆ ਪੰਜਾਬ ਦੀ? ਪਿਛਲੇ 8 ਮਹੀਨਿਆਂ ਦੀ ਲਾਅ ਐਂਡ ਆਰਡਰ ਦੇ ਇੰਨੇ ਬਦਤਰ ਹਾਲਾਤ ਨੇ ਕਿ ਹਰ ਇੰਡਸਟਰੀਅਲਿਸਟ, ਹਰ ਪ੍ਰੋਪਰਟੀ ਡਿਵੈਲਪਰ, ਹਰ ਡਾਕਟਰ, ਹਰ ਕਲੀਨਿਕ, ਹਰ ਵਰਗ, ਹਰ ਦੁਕਾਨਦਾਰ ਤੱਕ ਫਰੌਤੀਆਂ ਦੇ, ਐਕਸਟੋਰਸ਼ਨ ਦੇ, ਮਰਡਰ ਦੇ ਫੋਨ ਕਾਲਸ ਆ ਗਏ ਔਰ ਲਾਅ ਐਂਡ ਆਰਡਰ ਦੇ ਮੁੱਦੇ 'ਤੇ ਭਗਵੰਤ ਮਾਨ ਜੀ ਸੁੱਤੇ ਹੋਏ ਆ। ਇਹ ਇਕੱਲਾ 'ਤੇ ਇਕੱਲਾ ਕਦੇ ਗੁਜਰਾਤ 'ਚ ਬ੍ਰੇਕ ਡਾਂਸ ਕਰਦੇ ਦਿਸਦੇ ਆ, ਕਦੇ ਹਿਮਾਚਲ 'ਚ ਦਿਸਦੇ ਆ ਔਰ ਇਹ ਜਾ ਕੇ ਦੂਜੇ ਸੂਬਿਆਂ 'ਚ ਸਰਕਾਰੀ ਪੈਸਾ ਉਜਾੜ ਰਹੇ ਆ, ਸਰਕਾਰੀ ਇਸ਼ਤਿਹਾਰ ਦੂਜੇ ਸੂਬਿਆਂ 'ਚ ਜਾ ਕੇ ਦੇ ਰਹੇ ਕਿ ਪੰਜਾਬ ਦੇ ਹਾਲਾਤ ਬਹੁਤ ਚੰਗੇ। ਮਗਰ ਪੰਜਾਬ ਦੇ ਅਸਲ ਹਾਲਾਤ ਕੀ ਨੇ? ਇਹ ਪੰਜਾਬ ਦੇ ਇੰਡਸਟਰੀਅਲਿਸਟਾਂ ਨੇ ਕੱਲ੍ਹ ਜਾ ਕੇ ਜਦ ਯੋਗੀ ਸਾਹਿਬ ਨਾਲ, ਯੂਪੀ ਦੇ ਚੀਫ ਮਿਨਿਸਟਰ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਕਰਨ ਤੋਂ ਬਾਅਦ ਯੋਗੀ ਸਰਕਾਰ ਦੀ ਜੋ ਇੰਡਸਟਰੀਅਲ ਪਾਲਿਸੀ ਹੈ ਔਰ ਜੋ ਉਹਨਾਂ ਦੇ ਇਨਸੈਂਟਿਵਸ ਨੇ, ਉਹਨਾਂ ਨੂੰ ਹਾ ਪੱਕੀ ਹੰਕਾਰਾ ਦਿੱਤਾ। ਇਹ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ 8-9 ਮਹੀਨਿਆਂ 'ਚ ਕੋਈ ਇੰਡਸਟਰੀਅਲ ਪਾਲਿਸੀ ਨਹੀਂ ਬਣਾ ਸਕੀ ਹੈ, ਪੰਜਾਬ 'ਚ ਹਾਲਾਤ ਲਾਅ ਐਂਡ ਆਰਡਰ ਦੇ ਇਹੋ ਜਿਹੇ ਹੋ ਗਏ ਆ, ਇੰਡਸਟਰੀਅਲਿਸਟ ਨੂੰ ਇੱਕ ਬੁਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਇਹਨਾਂ ਨੂੰ ਕੋਈ ਸੁਸਾਇਟੀ ਦੇ ਲਈ ਪੋਜ਼ਿਟਿਵ ਰਵੱਈਏ ਨਾਲ ਨਹੀਂ ਇਹ ਸਰਕਾਰ ਵੇਖ ਰਹੀ, ਮਾੜੀ ਨਿਗਾਹ ਨਾਲ ਉਹਨਾਂ ਨੂੰ ਵੇਖ ਰਹੀ ਹੈ ਔਰ ਇਹੀ ਰਿਜ਼ਲਟ ਹੈ ਕਿ ਪੰਜਾਬ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ 'ਤੇ ਇਸ ਕਿਸਮ ਦੀ ਬੇਵਿਸ਼ਵਾਸੀ ਹੋ ਗਈ ਹੈ ਕਿ ਉਹ ਸਮਝਦੇ ਆ ਦੇ ਆਰ ਸੇਫਰ ਐਂਡ ਬੈਟਰ ਇਨਵੈਸਟਿੰਗ ਦ ਮਨੀ ਆਊਟਸਾਈਡ ਪੰਜਾਬ ਐਂਡ ਦਿਸ ਇਜ਼ ਦ ਟਰੂ ਪਿਕਚਰ। ਇਸੇ ਕਰਕੇ ਪੰਜਾਬ ਨੂੰ ਪੰਜਾਬ ਦੇ ਇੰਡਸਟਰੀਅਲਿਸਟਾਂ ਨੇ ਇਨਵੈਸਟਮੈਂਟ ਪੱਖੋਂ ਰਿਜੈਕਟ ਕਰਤਾ ਹੈ, ਦੇ ਆਰ ਲੁਕਿੰਗ ਫੋਰ ਅਦਰ ਐਵਨਿਊਜ਼। ਇਹਦੇ ਨਾਲ ਬੜੇ ਖਤਰਨਾਕ ਸਿੱਟੇ ਨਿਕਲਣੇ, ਅੱਗੇ ਪੰਜਾਬ 'ਚ ਨੌਕਰੀ ਨਹੀਂ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੈਂ ਗੋਰੇ ਲਿਆਉਂ, ਗੋਰੇ ਛੱਡੋ, ਤੁਸੀਂ ਆਪਣਿਆਂ ਨੂੰ ਨੌਕਰੀ ਦੇ ਦਿਓ, ਬੜੀ ਪ੍ਰਾਪਤੀ ਹੋਊਗੀ ਅਤੇ ਜੇ ਇੰਡਸਟਰੀ ਚਲੀ ਗਈ ਤਾਂ ਨੌਕਰੀ ਨਹੀਂ ਮਿਲਣੀ, ਤੁਹਾਡਾ ਰੈਵਨਿਊ ਡਿੱਗ ਜਾਣਾ। ਰੈਵਨਿਊ ਡਿੱਗ ਗਿਆ, ਤੁਹਾਡੇ ਤੋਂ ਕੋਈ ਸਕੀਮ ਨਹੀਂ ਚੱਲਣੀ, ਤੁਹਾਡੇ ਖਰਚੇ ਨਹੀਂ ਨਿਕਲਣੇ, ਕਿਉਂਕਿ ਇਹ ਟੈਕਸ ਪੇਅਰਸ ਨੇ, ਇਹ ਉਹ ਲੋਕ ਨੇ ਜਿਹੜੇ ਨੌਕਰੀ ਵੀ ਦਿੰਦੇ ਇੰਡਸਟਰੀਅਲਿਸਟ ਸਾਡੇ ਅਤੇ ਟੈਕਸ ਵੀ ਦਿੰਦੇ ਆ। ਔਰ ਜਿਵੇਂ ਤੁਹਾਡੀ BMW ਦੀ ਪੋਲ ਖੋਲ੍ਹੀ ਕਿ BMW ਆ ਰਹੀ ਸੀ, BMW ਵਾਲਿਆਂ ਨੇ ਕਰਤਾ ਕਿ ਨਹੀਂ, ਇੱਕ ਤੁਸੀਂ ਹੋਰ ਪਲਾਂਟ ਇਨੋਗਰੇਟ ਕੀਤਾ ਹੈ, ਮੈਨੂੰ ਲੱਗਦਾ ਉਹਦਾ ਨਾਂ ਵਰਬੋ ਹੈ, ਉਹਨਾਂ ਨੇ ਤੁਹਾਡੀ ਪੋਲ ਖੋਲ੍ਹਤੀ ਕਿ ਇਹ ਪਲਾਂਟ ਤਾਂ ਚੱਲਦੇ ਨੂੰ ਪਹਿਲਾਂ ਤੋਂ 2 ਸਾਲ ਦਾ ਚੱਲਿਆ, ਕੈਪਟਨ ਸਾਹਿਬ ਦੀ ਸਰਕਾਰ ਵੇਲੇ ਦਾ ਚੱਲ ਪਿਆ, ਜੋ ਤੁਸੀਂ ਜਾ ਕੇ ਦੂਜੇ ਸੂਬਿਆਂ 'ਚ ਕਹਿ ਰਹੇ ਹੋ, ਇੱਥੇ ਰਹਿ ਕੇ ਕਹਿੰਦੇ ਹੋ ਭਗਵੰਤ ਮਾਨ ਜੀ ਕਿ ਪੰਜਾਬ ਦੇ ਹਾਲਾਤ ਕੋਈ ਨਹੀਂ, ਅਤੇ ਜਦੋਂ ਜਾਂਦੇ ਹੋ ਜਰਮਨੀ ਜਾਂ ਜਦੋਂ ਜਾਂਦੇ ਹੋ ਤਾਮਿਲਨਾਡੂ, ਤੇਲੰਗਾਨਾ, ਉਦੋਂ ਫਿਰ ਜਿਹੜੇ ਬਾਦਲ ਸਾਹਿਬ ਦੀ ਸਰਕਾਰ ਵੇਲੇ ਏਅਰਪੋਰਟ ਬਣੇ, ਰੋਡ ਇਨਫਰਾਸਟ੍ਰਕਚਰ ਬਣਿਆ, ਮਜਬੂਰਤ ਤੁਹਾਨੂੰ ਉਹਦੀ ਫਿਰ ਜਾ ਕੇ ਅਸਲੀਅਤ ਦੱਸਦੇ ਹੋ, ਸਿਫਤ ਕਰਨੀ ਪੈਂਦੀ ਹੈ, ਕਿਉਂਕਿ 9 ਮਹੀਨਿਆਂ 'ਚ ਤੁਸੀਂ ਕੁਛ ਨਹੀਂ ਕੀਤਾ। ਗੈਟ ਯੂ ਐਕਟ ਟੂਗੈਦਰ, ਡੋਂਟ ਟਰਾਈ ਐਂਡ ਚੀਟ ਪੀਪਲ ਆਫ ਪੰਜਾਬ। ਜਦ ਪੰਜਾਬ ਦੇ ਲੋਕਾਂ ਨਾਲ ਚੀਟ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਚੀਟ ਕਰ ਰਹੇ ਹੋ, ਧਰੋਹ ਘੁਮਾ ਰਹੇ ਹੋ। ਸੋ ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਪੰਜਾਬ ਦੇ ਹਾਲਾਤ ਠੀਕ ਕਰੋਗੇ, ਪੰਜਾਬ ਲਈ ਇੰਡਸਟਰੀਅਲ ਪਾਲਿਸੀ ਲਾਓਗੇ, ਸੋ ਦੈਟ ਇੰਡਸਟਰੀ ਸਟੇਜ਼ ਇਨ ਪੰਜਾਬ ਐਂਡ ਡਜ਼ਨਟ ਰਨ।